ਫਾਜ਼ਿਲਕਾ ਦੇ ਪਿੰਡ ਬੰਨਵਾਲਾ ਹਨਵੰਤਾ ਦੇ ਵਿੱਚ ਬਣੇ ਨਿਰੋਗ ਜੀਵਨ ਸੰਸਥਾਨ ਦੇ ਸੰਚਾਲਕ ਸੰਤ ਜਗਦੀਸ਼ ਮੁੰਨੀ ਨੇ ਦਿੱਤਾ ਕਰੋਨਾ ਜਾਗਰੂਕਤਾ ਸੰਦੇਸ਼, ਕਿਹਾ ਕਰੋਨਾ ਤੋਂ ਘਬਰਾਉਣ ਦੀ ਨਹੀਂ ਸਾਵਧਾਨ ਰਹਿਣ ਦੀ ਹੈ ਜ਼ਰੂਰਤ। ਫਾਜ਼ਿਲਕਾ ਦੇ ਪਿੰਡ ਬੰਨਵਾਲਾ ਹਨਵੰਤਾ ਦੇ ਵਿੱਚ ਬਣੇ ਨਿਰੋਗ ਜੀਵਨ ਸੰਸਥਾਨ ਦੇ ਸੰਚਾਲਕ ਸੰਤ ਜਗਦੀਸ਼ ਮੁੰਨੀ ਨੇ ਕਿਹਾ ਕਿ ਕਰੋਨਾ ਤੋਂ ਘਬਰਾਉਣ ਦੀ ਨਹੀਂ ਸਾਵਧਾਨ ਰਹਿਣ ਦੀ ਜ਼ਰੂਰਤ ਹੈ। ਉਹਨਾਂ ਨੇ ਕਿਹਾ ਕਿ ਕਰੋਨਾ ਤੋਂ ਬਚਾਅ ਦੇ ਲਈ ਸਵੇਰੇ ਵਿਆਮ ਕਰਨਾ ਚਾਹੀਦਾ ਹੈ ਅਤੇ ਪੇੜ ਪੌਦਿਆਂ ਦੇ ਨੇੜੇ ਜਾ ਕੇ ਆਕਸੀਜਨ ਵੀ ਜ਼ਰੂਰ ਲੈਣੀ ਚਾਹੀਦੀ ਹੈ। ਉਹਨਾਂ ਨੇ ਕਿਹਾ ਕਿ ਕਰੋਨਾ ਦੀ ਬਿਮਾਰੀ ਤੋਂ ਡਰਨ ਦੀ ਜ਼ਰੂਰਤ ਨਹੀਂ ਹੈ ਬਲਕਿ ਸਾਵਧਾਨ ਰਹਿਣ ਦੀ ਜ਼ਰੂਰਤ ਹੈ। ਉਹਨਾਂ ਨੇ ਲੋਕਾਂ ਨੂੰ ਮਾਸਕ ਪਹਿਨਣ ਅਤੇ ਆਪਣੇ ਹੱਥ ਸਾਬਣ ਜਾਂ ਸੈਨੇਟਾਈਜ਼ਰ ਦੇ ਨਾਲ ਧੋਣ ਦੀ ਅਪੀਲ ਕੀਤੀ ਹੈ। ਇਸ ਦੇ ਨਾਲ ਹੀ ਸਮਾਜਿਕ ਦੂਰੀ ਬਣਾਉਣ ਦੀ ਅਪੀਲ ਵੀ ਉਹਨਾਂ ਨੇ ਕੀਤੀ ਹੈ। ਦੇਖੋ, ਕਰੋਨਾ ਤੋਂ ਘਬਰਾਉਣ ਦੀ ਕੋਈ ਲੋੜ ਨਹੀਂ ਹੈ, ਸਾਵਧਾਨ ਹੋਣ ਦੀ ਲੋੜ ਹੈ। ਸਾਵਧਾਨੀ ਦੇ ਵਿੱਚ ਮੇਨ ਇਹ ਹੈ ਕਿ ਆਪਦਾ ਉੱਠਣ ਸੌਣ ਦਾ ਟਾਈਮਿੰਗ ਸਹੀ ਕਰ ਲਓ, ਸਵੇਰੇ ਉੱਠ ਕੇ ਥੋੜ੍ਹਾ ਯੋਗ ਕਰੋ, ਸਮੇਂ 'ਤੇ ਖਾਓ ਪੀਓ, ਔਰ ਖਾਣਾ ਪੀਣਾ ਜਿਹੜਾ ਹੈ ਕੋਸ਼ਿਸ਼ ਕਰੋ ਕਿ ਹਰੀਆਂ ਸਬਜ਼ੀਆਂ ਵਗੈਰਾ, ਸਲਾਦ ਹੈ, ਔਰ ਇਹਦੇ ਨਾਲ ਪੌਸ਼ਟਿਕ ਆਹਾਰ ਜਿਵੇਂ ਦਹੀਂ ਹੈ, ਔਰ ਇਹ ਚੀਜ਼ਾਂ ਜਿਹੜੀਆਂ ਜ਼ਿਆਦਾ ਲਓ। ਕੋਈ ਵੀ 1% ਵੀ ਘਬਰਾਉਣ ਦੀ ਕੋਈ ਲੋੜ ਨਹੀਂ ਹੈ। ਇਹ ਬਿਮਾਰੀ ਚਾਹੇ ਇਹਦਾ ਇਲਾਜ ਹੈ ਜਾਂ ਨਹੀਂ ਹੈ, ਮੈਨੂੰ ਦੇਖ ਲਓ, ਅਸੀਂ ਸੇਵਾ ਕਰ ਰਹੇ ਹਾਂ, ਇਲਾਜ ਦੇ ਰਹੇ ਹਾਂ, ਵਿਚਰਨ ਵੀ ਕਰ ਰਹੇ ਹਾਂ, ਲੇਕਿਨ ਪਰਫੈਕਟ ਹਾਂ। ਇਹਦਾ ਮੇਨ ਕਾਰਨ ਸਿਰਫ ਇਹੀ ਹੈ ਕਿ ਅਸੀਂ ਆਪਦੇ ਸਿਸਟਮ ਦੇ ਵਿੱਚ ਸਹੀ ਹਾਂ। ਸਿਸਟਮ ਕੀ ਹੈ ਕਿ ਪ੍ਰਕਿਰਤੀ ਦੇ ਨਿਯਮ ਨੇ, ਟਾਈਮ 'ਤੇ ਉੱਠੋ, ਟਾਈਮ 'ਤੇ ਸੋ। ਅੱਗੇ ਵੀ ਮੈਸੇਜ ਦਿੱਤਾ ਸੀ ਕਿ ਜਿਹੜੇ ਦਰਖਤ ਨੇ, ਪੇੜ ਨੇ, ਉਹਨਾਂ ਦੇ ਕੋਲ ਘੱਟੋ ਘੱਟ ਦਿਨ ਦੇ ਵਿੱਚ 2 ਜਾਂ 3 ਵਾਰੀ 15-20 ਮਿੰਟ ਪੇੜ ਦੇ ਕੋਲ ਬੈਠੋ, ਤਾਂ ਕਿ ਕਿਉਂਕਿ ਪੇੜਾਂ 'ਤੇ ਆਕਸੀਜਨ ਮਿਲਣੀ ਹੈ ਔਰ ਔਸ਼ਧੀ ਆਕਸੀਜਨ ਮਿਲਣੀ ਹੈ। ਜਿਹੜੀ ਅਸੀਂ ਮੰਨ ਲਓ ਲਗਵਾਉਂਦੇ ਹਾਂ, ਉਹ ਇੱਕ ਆਰਟੀਫਿਸ਼ਲ ਹੈ, ਉਹ ਥੋੜ੍ਹੇ ਟਾਈਮ ਲਈ ਹੈ, ਲੇਕਿਨ ਜਿਹੜੀ ਪੇੜ ਪੌਦਿਆਂ ਤੋਂ ਸਾਨੂੰ ਮਿਲਣੀ ਹੈ ਉਹ ਨੈਚੁਰਲ ਹੈ, ਉਹਦਾ ਵੱਧ ਤੋਂ ਵੱਧ ਜਿਹੜਾ ਹੈ ਲਾਹਾ ਲਓ। ਬਾਕੀ ਕੋਈ 1% ਵੀ ਘਬਰਾਉਣ ਦੀ ਲੋੜ ਨਹੀਂ ਹੈ। ਬਿਮਾਰੀ ਜਿਹੜੀ ਹੈ ਉਹਦਾ ਬਚਾਓ ਹੀ ਸਭ ਤੋਂ ਵੱਡੀ ਚੀਜ਼ ਹੈ। हाथों को बार बार साबुन या अल्कोहल आधारित सैनिटाइजर से धोएं। छींक और खांसते समय अपना मुंह और नाक टिश्यू या रुमाल से ढकें। प्रयोग के बाद टिश्यू को किसी बंद डब्बे में फेंक दें। बुखार, खांसी, सांस लेने में तकलीफ होने पर डॉक्टर से तुरंत संपर्क करें। डॉक्टर से मिलने के दौरान अपना नाक और मुंह मास्क या कपड़े से ढकें। भीड़भाड़ वाली जगहों में जाने से बचें और बुखार, खांसी, सांस लेने में तकलीफ होने पर दूसरों के संपर्क में ना आएं। ये भी ख्याल रखें कि अपनी आंख, नाक या मुंह को ना छुएं और सार्वजनिक स्थानों पर ना थूकें।